ਸਹੁੰ ਚੁੱਕਣ ਵਾਲਾ ਤਾਂ ਜੋ ਪ੍ਰੋਸੀਜਰ ਹੈ ਸਭ ਪਰਮਿਸ਼ਨ ਮਿਲ ਜੂਗੀ ਸਹੁੰ ਚੁੱਕਣ ਵਾਲੇ ਤੇ ਮੇਰੇ ਖਿਆਲ ਚ ਜੇ ਕੱਲੇ ਅੰਮ੍ਰਿਤਪਾਲ ਹੀ ਨਹੀਂ ਹੋਰ ਵੀ 6-7 MP ਜਿਹਨਾਂ ਨੇ ਸਹੁੰ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸਹੁੰ ਚੁੱਕਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਚੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚ ਹੈ ਚਾਹੇ ਡਿਬਰੂਗੜ੍ਹ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬਣਦੇ ਹਟਾ ਦਿਓ ਮੈਂ ਆਮ ਟੋਟਲੀ ਅਗੇਂਸਟ ਇਟ ਸਾਹਿਬ ਸਾਹਿਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆਹ ਹਰੇਕ ਤੇ ਲਾਅ ਸਾਰਿਆਂ ਵਾਸਤੇ ਲਾਗੂ ਹੁੰਦਾ ਸਾਹਿਬ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਹੈ ਹੀਨੀਅਸ ਕ੍ਰਾਈਮ ਦੇ ਅੰਦਰ ਬੈਠੇ ਹੈ ਔਨ ਸਿਟੀਸ਼ਨ ਚਾਰਜਿਸ ਅੰਦਰ ਬੈਠੇ ਹੈ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ ਦਮ ਆਊਟ ਆਫ ਦ ਜੇਲ ਸਹੁੰ ਚੁੱਕਣ ਵਾਲਾ ਤਾਂ ਜੋ ਪ੍ਰੋਸੀਜਰ ਹੈ ਸਭ ਪਰਮਿਸ਼ਨ ਮਿਲ ਜੂਗੀ ਸਹੁੰ ਚੁੱਕਣ ਵਾਲੇ ਮੇਰੇ ਖਿਆਲ ਚ ਜੇ ਕੱਲੇ ਅੰਮ੍ਰਿਤਪਾਲ ਹੀ ਨਹੀਂ ਹੋਰ ਵੀ 6-7 MP ਜਿਹਨਾਂ ਨੇ ਸਹੁੰ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸਹੁੰ ਚੁੱਕਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਚੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚ ਹੈ ਚਾਹੇ ਡਿਬਰੂਗੜ੍ਹ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬਣਦੇ ਹਟਾ ਦਿਓ ਮੈਂ ਆਮ ਟੋਟਲੀ ਅਗੇਂਸਟ ਇਟ ਸਾਹਿਬ ਸਾਹਿਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆਹ ਹਰੇਕ ਤੇ ਲਾਅ ਸਾਰਿਆਂ ਵਾਸਤੇ ਲਾਗੂ ਹੁੰਦਾ ਸਾਹਿਬ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਹੈ ਹੀਨੀਅਸ ਕ੍ਰਾਈਮ ਦੇ ਅੰਦਰ ਬੈਠੇ ਹੈ ਔਨ ਸਿਟੀਸ਼ਨ ਚਾਰਜਿਸ ਅੰਦਰ ਬੈਠੇ ਹੈ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ ਦਮ ਆਊਟ ਆਫ ਦ ਜੇਲ ਸਹੁੰ ਚੁੱਕਣ ਵਾਲਾ ਤਾਂ ਜੋ ਪ੍ਰੋਸੀਜਰ ਹੈ ਸਭ ਪਰਮਿਸ਼ਨ ਮਿਲ ਜੂਗੀ ਸਹੁੰ ਚੁੱਕਣ ਵਾਲੇ ਤੇ ਮੇਰੇ ਖਿਆਲ ਚ ਜੇ ਕੱਲੇ ਅੰਮ੍ਰਿਤਪਾਲ ਹੀ ਨਹੀਂ ਹੋਰ ਵੀ 6-7 MP ਜਿਹਨਾਂ ਨੇ ਸਹੁੰ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸਹੁੰ ਚੁੱਕਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਚੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚ ਹੈ ਚਾਹੇ ਡਿਬਰੂਗੜ੍ਹ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬਣਦੇ ਹਟਾ ਦਿਓ ਮੈਂ ਆਮ ਟੋਟਲੀ ਅਗੇਂਸਟ ਇਟ ਸਾਹਿਬ ਸਾਹਿਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆਹ ਹਰੇਕ ਤੇ ਲਾਅ ਸਾਰਿਆਂ ਵਾਸਤੇ ਲਾਗੂ ਹੁੰਦਾ ਸਾਹਿਬ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਹੈ ਹੀਨੀਅਸ ਕ੍ਰਾਈਮ ਦੇ ਅੰਦਰ ਬੈਠੇ ਹੈ ਔਨ ਸਿਟੀਸ਼ਨ ਚਾਰਜਿਸ ਅੰਦਰ ਬੈਠੇ ਹੈ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ ਦਮ ਆਊਟ ਆਫ ਦ ਜੇਲ ਸਹੁੰ ਚੁੱਕਣ ਵਾਲਾ ਤਾਂ ਜੋ ਪ੍ਰੋਸੀਜਰ ਹੈ ਸਭ ਪਰਮਿਸ਼ਨ ਮਿਲ ਜੂਗੀ ਸਹੁੰ ਚੁੱਕਣ ਵਾਲੇ ਤੇ ਮੇਰੇ ਖਿਆਲ ਚ ਜੇ ਕੱਲੇ ਅੰਮ੍ਰਿਤਪਾਲ ਹੀ ਨਹੀਂ ਹੋਰ ਵੀ 6-7 MP ਜਿਹਨਾਂ ਨੇ ਸਹੁੰ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸਹੁੰ ਚੁੱਕਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਚੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚ ਹੈ ਚਾਹੇ ਡਿਬਰੂਗੜ੍ਹ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬਣਦੇ ਹਟਾ ਦਿਓ ਮੈਂ ਆਮ ਟੋਟਲੀ ਅਗੇਂਸਟ ਇਟ ਸਾਹਿਬ ਸਾਹਿਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆਹ ਹਰੇਕ ਤੇ ਲਾਅ ਸਾਰਿਆਂ ਵਾਸਤੇ ਲਾਗੂ ਹੁੰਦਾ ਸਾਹਿਬ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਹੈ ਹੀਨੀਅਸ ਕ੍ਰਾਈਮ ਦੇ ਅੰਦਰ ਬੈਠੇ ਹੈ ਔਨ ਸਿਟੀਸ਼ਨ ਚਾਰਜਿਸ ਅੰਦਰ ਬੈਠੇ ਹੈ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ ਦਮ ਆਊਟ ਆਫ ਦ ਜੇਲ